ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਬੰਤਾ ਸਿੰਘ ਜੀ, ਤੁਹਾਡੇ ਨਾਲ ਚਾਰ ਗੱਲਾਂ ਕਰਨੀਆਂ ਸੀਗੀਆਂ। ਸੌਰੀ ਮੈਂ ਤੁਹਾਨੂੰ ਭਾਈ ਸਾਹਿਬ ਕਹਿਤਾ ਆ, ਕਿਉਂਕਿ ਬਾਬਾ ਸ਼ਬਦ ਮੈਂ ਗੁਰੂ ਨਾਨਕ ਸਾਹਿਬ ਵਾਸਤੇ ਤੇ ਸਾਹਿਬਜ਼ਾਦਿਆਂ ਜੀ ਵਾਸਤੇ ਮੈਂ ਰਾਖਵਾਂ ਰੱਖਿਆ ਹੋਇਆ ਆ। ਭਾਈ ਸਾਹਿਬ ਜੀ, 2 ਦਿਨ ਪਹਿਲਾਂ ਮੈਂ ਤੁਹਾਡੀ ਵੀਡੀਓ ਦੇਖੀ ਹੈ, ਜਿਹਦੇ ਵਿੱਚ ਤੁਸੀਂ ਚੈਲੰਜ ਕਰ ਰਹੇ ਜੇ ਕਿ ਜਿਹੜਾ ਭੋਗ ਲਾਉਣਾ ਆ ਨਾ, ਉਹਦੇ ਜਿਹੜੇ ਖਿਲਾਫ ਪ੍ਰਚਾਰਕ ਬੋਲਦੇ ਆ, ਮੇਰੇ ਨਾਲ ਆਣ ਕੇ ਵਿਚਾਰ ਕਰਨ। ਹਾਂਜੀ, ਤੇ ਹਰ ਵਾਰ ਕੀ ਹੁੰਦਾ ਹੈ ਕਿ ਇਹ ਇੱਕ ਵਿਵਾਦ ਬਣ ਕੇ ਰਹਿ ਜਾਂਦਾ, ਕਿਉਂਕਿ ਪਤਾ ਤੁਹਾਨੂੰ ਵੀ ਆ ਵੀ ਕਿਸੇ ਪ੍ਰਚਾਰਕ ਨੇ ਤੁਹਾਡੇ ਕੋਲ ਆਉਣਾ ਨਹੀਂ ਆ। ਕਿਉਂਕਿ ਚਲੋ ਮੈਂ ਮੰਨ ਲੈਣਾ ਕਿ ਉਹ ਪ੍ਰਚਾਰਕ, ਚਾਹੇ ਉਹ ਭਾਈ ਰਣਜੀਤ ਸਿੰਘ ਆ, ਚਾਹੇ ਉਹ ਪ੍ਰੋਫੈਸਰ ਧੁੰਦਾ ਆ, ਚਾਹੇ ਉਹ ਭਾਈ ਪੰਥਪ੍ਰੀਤ ਆ, ਮੰਨ ਲਓ ਤੁਹਾਡੇ ਤੋਂ ਡਰਦੇ ਆ ਮਹਾਰਾਜ, ਠੀਕ ਹੈ ਨਾ ਜੀ। ਪਰ ਤੁਸੀਂ ਸ਼ੇਰ ਬਣੋ ਨਾ, ਤੁਸੀਂ ਤਾਂ ਦਲੇਰ ਜੇ, ਤੁਸੀਂ ਤਾਂ ਕੌਮ ਦੇ ਹੀਰੇ ਜੇ। ਤੁਸੀਂ ਐਂ ਕਰੋ ਵੀ ਤੁਸੀਂ ਆਪਣਾ ਇੱਕ ਵੀਡੀਓ ਵਾਲਾ ਸਿੰਘ ਨਾਲ ਲੈ ਜਾਓ, ਤੇ ਪ੍ਰੋਫੈਸਰ ਧੁੰਦਾ ਸਭ ਤੋਂ ਤੁਹਾਨੂੰ ਵਧੀਆ ਰਹੇਗਾ, ਕਿਉਂਕਿ ਤੁਹਾਡੇ ਨੇੜੇ ਆ। ਧੁੰਦਾ ਪਿੰਡ ਤੁਹਾਡੇ ਪਿੰਡ ਤੋਂ ਮਸਾਂ ਹੀ 10-15 ਕਿਲੋਮੀਟਰ ਦੀ ਦੂਰੀ ਤੇ ਆ, ਤੇ ਆਪਣਾ ਇੱਕ ਸਿੰਘ ਲੈ ਜਾਓ ਨਾਲ, ਤੇ ਤੁਸੀਂ ਉੱਥੇ ਵੀਰ ਸਰਬਜੀਤ ਨੂੰ ਜਿਹੜਾ ਵਾ ਨਿਰ ਉੱਤਰ ਵੀ ਕਰ ਦੋਗੇ ਨਾ, ਤੇ ਤੁਹਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰੇਗਾ, ਨਾ ਕੋਈ ਤੁਹਾਨੂੰ ਗਾਲੀ ਗਲੋਚ ਕਰੇਗਾ, ਤੇ ਬੇਸ਼ੱਕ ਮੈਨੂੰ ਲੈ ਜਿਓ ਨਾਲ, ਠੀਕ ਹੈ ਨਾ ਜੀ। ਤੇ ਫਿਰ ਤੇ ਬਣੂਗੀ ਗੱਲ, ਪਰ ਇਹ ਆ ਵੀ ਮੈਨੂੰ ਲੱਗਦਾ ਤੁਸੀਂ ਇਹ ਕੰਮ ਕਰਨਾ ਨਹੀਂ ਆ, ਕਿਉਂਕਿ ਹਰ ਵਾਰੀ ਇਹ ਜਿਹੜੀ ਆ ਇਹ ਇੱਕ ਵਿਵਾਦ ਹੀ ਬਣ ਕੇ ਰਹਿ ਜਾਂਦਾ, ਮਸਲਾ ਤੇ ਹੱਲ ਕੋਈ ਹੁੰਦਾ ਨਹੀਂ। ਜਾਂ ਤੇ ਵਿਚਾਰ ਜਾ ਕੇ ਕਰੋ, ਠੀਕ ਹੈ। ਉਹ ਤੁਹਾਡੇ ਤੋਂ ਡਰਦੇ ਜੀ ਮਹਾਰਾਜ, ਤੁਹਾਡੇ ਤੁਸੀਂ ਸ਼ੇਰ ਜੇ ਤੇ ਉਹਨਾਂ ਨੇ ਨਹੀਂ ਜੀ ਆਉਣਾ, ਤੁਸੀਂ ਹੀ ਜਾਓ ਇਸ ਵਾਰ, ਠੀਕ ਹੈ ਨਾ। ਪਰ ਕੁਝ ਗੱਲਾਂ ਦਾ ਜਵਾਬ ਤੁਹਾਨੂੰ ਕੁਝ ਮੈਂ ਵੀ ਦੇ ਸਕਦਾ ਆ ਕਿ ਜਿਹੜਾ ਜਿਹੜੀ ਹੈਗੀ ਆ ਨਾ, ਤੁਸੀਂ ਭੋਗ ਦੀ ਗੱਲ ਕੀਤੀ ਆ ਕਿ ਭੋਗ ਲਵਾਉਣਾ ਜਿਹੜਾ ਵਾ ਨਾ, ਉਹ ਪਿਛਲੇ 400 ਸਾਲ ਤੋਂ ਤੁਰਿਆ ਆਉਂਡਿਆ ਆ, ਇਹ ਪ੍ਰਥਾ ਤੁਰੀ ਆਉਂਡੀ ਆ। ਕੋਈ ਵੀ ਪ੍ਰਥਾ ਜਾਂ ਕੋਈ ਵੀ ਕਿਰਿਆ ਨਾ, ਉਹ ਆਪਾਂ ਉਹ ਗੁਰਮਤ ਆ ਚਾਹੇ ਉਹ ਮਨਮਤ ਆ, ਇਹ ਪਰਖਣਾ ਹੋਵੇ ਨਾ, ਆਪਣੇ ਕੋਲ 2 ਕਸਵੱਟੀਆਂ ਨੇ। ਇੱਕ ਤੇ ਗੁਰਬਾਣੀ ਦੀ ਜਿਹੜੀ 100% ਸਹੀ ਆ, ਠੀਕ ਹੈ ਨਾ, ਕਿਉਂਕਿ ਗੁਰਬਾਣੀ ਦੀ ਕਸਵੱਟੀ ਜਿਹੜੀ ਆ ਉਹ ਇਸ ਕਰਕੇ 100% ਸਹੀ ਆ ਕਿ ਉਹਦੇ ਵਿੱਚ ਆਪਾਂ ਇੱਕ ਆਤਮਾ ਨੂੰ ਕਿਹੜੇ ਤਰੀਕੇ ਦੇ ਨਾਲ ਪਰਮਾਤਮਾ ਨਾਲ ਮਿਲਾਇਆ ਜਾ ਸਕਦਾ, ਇਹ ਸਾਰਾ ਢੰਗ ਤਰੀਕਾ ਜਿਹੜਾ ਵਾ ਉਹ ਦੱਸਿਆ ਗਿਆ ਆ, ਔਰ ਉਹ ਢੰਗ ਤਰੀਕਾ ਕਦੇ ਵੀ ਬਦਲਣਾ ਨਹੀਂ, ਉਹ ਜੁਗਾਂ ਜੁਗਾਂ ਤੱਕ ਇਹੋ ਹੀ ਰਹਿਣਾ ਵਾ। ਤੇ ਦੂਸਰੀ ਕਸਵੱਟੀ ਆ ਇਤਿਹਾਸ, ਉਹ 70-80% ਸਹੀ ਮੰਨਿਆ ਜਾ ਸਕਦਾ ਇਤਿਹਾਸ ਨੂੰ, 100% ਨਹੀਂ ਗੁਰਬਾਣੀ ਵਾਂਗ, ਕਿਉਂਕਿ ਇਤਿਹਾਸ ਜਿਹੜਾ ਵਾ ਉਹ ਘਟਨਾਵਾਂ ਦਾ ਇੱਕ ਸਮੂਹ ਹੁੰਦਾ ਵਾ, ਮਤਲਬ ਤੇ ਘਟਨਾਵਾਂ ਲਿਖਣ ਲੱਗੇ ਆ ਜਿਹੜਾ ਕਿ ਉਹ ਥੋੜੀ ਬਹੁਤੀ ਉਨੀਕ ਹੀ ਹੋ ਜਾਂਦੀ ਹੈ ਇਤਿਹਾਸਕਾਰਾਂ ਦੇ ਕੋਲੋਂ। ਇਸ ਕਰਕੇ ਮੈਂ 70-80% ਕਹਿ ਰਿਹਾ ਹਾਂ, ਗੁਰਬਾਣੀ ਨੂੰ ਮੈਂ 100% ਕਹਿ ਰਿਹਾ ਹਾਂ, ਠੀਕ ਹੈ ਨਾ ਜੀ। ਤੇ ਜਿਹੜੀ 70-80% ਘਟਨਾ ਨੂੰ ਵੀ ਆਪਾਂ ਉਹਨੂੰ ਉਸ ਨੂੰ ਸਹੀ ਮੰਨ ਸਕਦੇ ਹਾਂ, ਜਿੱਤੇ ਘੱਟੋ ਘੱਟ ਜਿਹੜੀ ਘਟਨਾ ਤੇ ਘੱਟੋ ਘੱਟ 4-5 ਇਤਿਹਾਸਕਾਰਾਂ ਦੀ, ਵਿਦਵਾਨਾਂ ਦੀ ਸਹਿਮਤੀ ਹੋਵੇ, ਇਹ ਨਹੀਂ ਵੀ ਇਕੱਲੇ ਦੁਕੱਲੇ ਦੀ, ਠੀਕ ਹੈ ਨਾ। ਇਸ ਕਰਕੇ ਆਪਾਂ ਜਿਹੜੀ ਗੁਰਬਾਣੀ ਦੀ ਜਿਹੜੀ ਕਸਵੱਟੀ ਦੀ ਗੱਲ ਹੈ ਨਾ, ਉਹ ਤੇ ਮੈਂ ਕਿਤੇ ਅਗਲੀ ਵੀਡੀਓ ਚ ਕਰਾਂਗਾ, ਕਿਉਂਕਿ ਜਿਹੜਾ ਤੁਸੀਂ ਸ਼ਬਦ ਵਰਤਦੇ ਨਾ, ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ਕਰੀ ਪਾਕ ਸਾਲ ਸੋਚ ਪਿੱਤਰਾ ਹੁਣ ਲਾਭ ਭੋਗ ਹਰ ਰਾਏ, ਭੋਗ ਲਾਉਣ ਦੇ ਸੰਬੰਧ ਜਦੋਂ ਤੁਸੀਂ ਪੜ੍ਹਦੇ ਜੀ ਅਰਦਾਸ ਦੇ ਵਿੱਚ, ਹਨਾ, ਉਹ ਸ਼ਬਦ ਬੜਾ ਉੱਚਾ ਸੁੱਚਾ ਸ਼ਬਦ ਆ, ਮਤਲਬ ਬੜੇ ਉੱਚੇ ਸੁੱਚੇ ਦੇ ਅਰਥ ਬਣਦੇ ਆ, ਤੇ ਤੁਸੀਂ ਉਹਨੂੰ ਸਿਰਫ ਭੋਗ ਲਾਉਣ ਤੱਕ ਹੀ ਸਮੇਟ ਕੇ ਰੱਖ ਲਿਆ ਆ, ਠੀਕ ਹੈ ਨਾ। ਇਹਦੀ ਤੇ ਆਪਾਂ ਵਿਚਾਰ ਕਰਾਂਗੇ ਬਾਅਦ ਚ, ਕਿਉਂਕਿ ਵੀਡੀਓ ਲੰਬੀ ਹੋ ਜਾਣੀ ਆ। ਪਰ ਕਿਉਂਕਿ ਤੁਸੀਂ ਅੱਜ ਗੱਲ ਕੀਤੀ ਸਿਰਫ ਇਤਿਹਾਸ ਦੀ, ਵੀ 400 ਸਾਲ ਤੋਂ ਇਹ ਪ੍ਰਥਾ ਤੁਰੀ ਆਉਣ ਡਈ ਆ, ਤੇ ਉਹਦਾ ਇਹ ਨਵੇਂ ਪ੍ਰਚਾਰਕ ਜਿਹੜੇ ਆ ਉਹਨੂੰ ਚੈਲੰਜ ਕਰ ਰਹੇ ਆ। ਇਸ ਕਰਕੇ ਆਪਾਂ ਅੱਜ ਇਤਿਹਾਸ ਦੀ ਹੀ ਕਸਵੱਟੀ ਤੇ ਪਰਖਦੇ ਆ ਵੀ ਭੋਗ ਲਾਉਣਾ ਗੁਰਮਤ ਆ ਕਿ ਜਾਂ ਮਨਮਤ ਆ, ਠੀਕ ਹੈ ਨਾ ਜੀ। ਆਪਾਂ ਨਾ 400 ਸਾਲ ਤੋਂ ਵੀ ਪਹਿਲਾਂ ਚੱਲ ਜਾਂਦੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੇ ਚੱਲ ਜਾਂਦੇ, ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਦੇਖਦੇ ਪਹਿਲਾਂ। ਹੁਣ ਦੱਸੋ ਮੈਨੂੰ ਵੀ ਕਿਹੜੇ ਇਤਿਹਾਸਕਾਰ ਨੇ ਲਿਖਿਆ ਵਾ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਜਿਹੜੇ ਆ ਉਹ ਭੁੱਖਿਆਂ ਨੂੰ ਜਦੋਂ ਉਹਨਾਂ ਨੇ ਪ੍ਰਸ਼ਾਦਾ ਛਕਾਇਆ ਸੀਗਾ, ਪਹਿਲਾਂ ਆਪ ਭੋਗ ਲਾਇਆ ਸੀਗਾ, ਜਾਂ ਜਦੋਂ ਲੰਗਰ ਤਿਆਰ ਹੁੰਦਾ ਸੀਗਾ ਕਰਤਾਰਪੁਰ ਦੇ ਵਿੱਚ, ਹਾਂਜੀ, ਕੀ ਭਾਈ ਮਰਦਾਨਾ ਜੀ ਜਾਂ ਬਾਬਾ ਬੁੱਢਾ ਜੀ ਜਾਂ ਭਾਈ ਲਹਿਣਾ ਜੀ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਭੋਗ ਲਵਾਉਣ ਆਉਂਦੇ ਸੀਗੇ? ਦੱਸਿਓ ਮੈਨੂੰ। ਗੁਰੂ ਅੰਗਦ ਸਾਹਿਬ ਦੇ ਟਾਈਮ ਤੇ ਮਾਤਾ ਖੀਵੀ ਜੀ ਜਿਹੜਾ ਉਹ ਐਡਾ ਸੋਹਣਾ ਲੰਗਰ ਦਾ ਪ੍ਰਬੰਧ ਚਲਾਉਂਦੇ ਸੀ, ਕੀ ਮਾਤਾ ਖੀਵੀ ਜੀ ਲੰਗਰ ਤਿਆਰ ਕਰਕੇ ਤੇ ਥਾਲੀ ਵਿੱਚ ਪਾ ਕੇ ਜਾਂ ਕੜਾਹ ਪ੍ਰਸ਼ਾਦ ਪਾ ਕੇ ਜਾਂ ਪ੍ਰਸ਼ਾਦਾ ਪਾ ਕੇ ਤੇ ਗੁਰੂ ਅੰਗਦ ਅੰਗਦ ਸਾਹਿਬ ਜੀ ਦੇ ਕੋਲੋਂ ਭੋਗ ਲਵਾਉਣ ਜਾਂਦੇ ਸੀ? ਕੀ ਗੁਰੂ ਅਮਰਦਾਸ ਜੀ ਐਡਾ ਵੱਡਾ ਲੰਗਰ ਉਹ ਚਲਾ ਕੇ ਉਹਨਾਂ ਨੇ ਚਲਾਇਆ ਗੋਇੰਦਵਾਲ ਸਾਹਿਬ ਦੇ ਵਿੱਚ, ਹਾਂਜੀ, ਤੇ ਕੀ ਉੱਥੇ ਮਤਲਬ ਉਦੋਂ ਦੇ ਮੌਜੂਦਾ ਜਿਹੜੇ ਸਿੱਖ ਆ ਉਹ ਗੁਰੂ ਅਮਰਦਾਸ ਜੀ ਦੇ ਕੋਲੋਂ ਭੋਗ ਲਵਾਉਣ ਆਉਂਦੇ ਹੁੰਦੇ ਸੀ? ਜਾਨੀ ਕਿ ਦਸੇ ਪਾਤਸ਼ਾਹ, ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਆ ਉਹਨਾਂ ਨੇ ਜਦੋਂ ਲਾਹੌਰ ਦੇ ਵਿੱਚ ਕਾਲ ਪਿਆ ਸੀਗਾ ਤੇ ਭੁੱਖਿਆਂ ਨੂੰ ਜਾ ਕੇ ਪ੍ਰਸ਼ਾਦਾ ਛਕਾਇਆ ਸੀ, ਕੀ ਪਹਿਲਾਂ ਉਹ ਆਪ ਭੋਗ ਲਾਉਂਦੇ ਹੁੰਦੇ ਸੀਗੇ ਫਿਰ ਭੁੱਖਿਆਂ ਨੂੰ ਛਕਾਉਂਦੇ ਹੁੰਦੇ ਸੀਗੇ? ਜਾਨੀ ਕਿ ਦਸੇ ਪਾਤਸ਼ਾਹ ਦੇ ਟਾਈਮ ਤੇ ਅਨੇਕਾਂ ਹੀ ਗੁਰਸਿੱਖ ਹੋਏ ਨੇ, ਭਾਈ ਗੁਰਦਾਸ ਜੀ
ਮਤਲਬ ਪੰਜ ਪਿਆਰੇ ਸਾਹਿਬਾਨ ਹੋਏ ਨੇ, ਯਾਨੀ ਕਿੰਨੇ ਗੁਰਸਿੱਖ ਹੋਏ ਨੇ ਤੁਸੀਂ ਮੈਨੂੰ ਦੱਸਿਓ, ਦੱਸੋ ਕਿ ਦਸੇ ਪਾਤਸ਼ਾਹੀਆਂ ਦੇ ਟਾਈਮ ਤੇ ਜਿਹੜੇ ਗੁਰਸਿੱਖ ਹੋਏ ਨੇ, ਮਤਲਬ ਕਿ ਉਹ ਮਤਲਬ ਲੰਗਰ ਤਿਆਰ ਕਰਕੇ ਤੇ ਥਾਲੀ ਦੇ ਵਿੱਚ ਪ੍ਰਸ਼ਾਦਾ ਪਾ ਕੇ ਜਾਂ ਕੜਾਹ ਪ੍ਰਸ਼ਾਦ ਪਾ ਕੇ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਗੁਰੂ ਸਾਹਿਬਾਨ ਨੂੰ ਭੋਗ ਲਵਾਉਂਦੇ ਹੁੰਦੇ ਸੀਗੇ। ਇਹ ਕਿਹੜੇ ਇਤਿਹਾਸਕਾਰ ਨੇ ਲਿਖਿਆ? ਘੱਟੋ ਘੱਟ ਮੈਂ ਚਾਰ ਪੰਜ ਇਤਿਹਾਸਕਾਰਾਂ ਦੀ ਜਿਹੜਾ ਵਾ ਉਹ ਹਵਾਲੇ ਲਵਾਂਗਾ। ਉਹ ਇਤਿਹਾਸਕਾਰਾਂ ਦੇ ਨਾਮ ਦੱਸਿਓ ਤੇ ਉਹਨਾਂ ਕਿਤਾਬਾਂ ਦੇ ਨਾਮ ਦੱਸਿਓ, ਠੀਕ ਹੈ ਨਾ? ਫਿਰ ਤੇ ਮੰਨ ਲਿਆ ਜਾਵੇਗਾ ਕਿ ਵਾਕਿਆ ਹੀ ਤੁਸੀਂ ਸਹੀ ਕਹਿ ਰਹੇ ਹੋ, ਹੈ ਨਾ? ਪਰ ਮੈਂ ਤੇ ਸਟੇਜ ਤੇ ਅਜੇ ਤੱਕ ਕਦੇ ਨਹੀਂ ਸੁਣਿਆ, ਨਾ ਮੈਂ ਕਦੀ ਕਿਸੇ ਸਟੇਜ ਤੋਂ ਸੁਣਿਆ, ਕਿਸੇ ਪ੍ਰਚਾਰਕ ਦੇ ਮੂੰਹੋਂ, ਚਾਹੇ ਕੋਈ ਵੀ ਪ੍ਰਚਾਰਕ ਕਿਸੇ ਤੱਕ ਕਿਸੇ ਦੇ ਮੂੰਹੋਂ ਮੈਂ ਅਜੇ ਤੱਕ ਨਹੀਂ ਸੁਣਿਆ। ਜਾਂ ਨਾ ਹੀ ਮੇਰੀਆਂ ਦੋ ਚਾਰ ਕਿਤਾਬਾਂ ਪੜ੍ਹੀਆਂ ਵਾ, ਉਹਨਾਂ ਦੇ ਵਿੱਚ ਤੁਸੀਂ ਜ਼ਿਆਦੀਆਂ ਕਿਤਾਬਾਂ ਪੜ੍ਹੀਆਂ ਵਾ। ਮੈਂ ਕਿਉਂਕਿ ਵਾਹੀ ਕਰਨ ਵਾਲਾ ਬੰਦਾ, ਮੈਂ ਕਿਹੜਾ ਪ੍ਰਚਾਰਕ ਵਾਂ, ਠੀਕ ਹੈ ਨਾ ਜੀ? ਤੇ ਮੈਂ ਤੇ ਨਹੀਂ ਪੜ੍ਹਿਆ ਕਿਤੋਂ ਜੀ ਵੀ ਇਸ ਤਰ੍ਹਾਂ ਦੀ ਕੋਈ ਪ੍ਰਕਿਰਿਆ ਹੁੰਦੀ ਰਹੀ ਆ ਭੋਗ ਲਵਾਉਣ ਵਾਲੀ, ਠੀਕ ਆ? ਹਾਂ, ਗੁਰੂ ਸਾਹਿਬਾਨ ਜਿਹੜੇ ਆ ਉਹ ਲੋੜ ਮੁਤਾਬਕ ਪ੍ਰਸ਼ਾਦਾ ਛਕਦੇ ਰਹੇ ਆ, ਹਨਾ? ਲੋੜ ਮੁਤਾਬਕ ਛਕਦੇ ਰਹੇ ਆ, ਕਹਿੰਦੇ ਰਹੇ ਆ ਵੀ ਪ੍ਰਸ਼ਾਦਾ ਲਿਆਓ ਛਕੀਏ, ਹਨਾ? ਛਕਦੇ ਰਹੇ, ਕਿਉਂਕਿ ਪ੍ਰਸ਼ਾਦਾ ਛਕਣ ਚ ਤੇ ਭੋਗ ਲਾਉਣ ਦੇ ਵਿੱਚ ਫਰਕ ਜੇ। ਹਾਂਜੀ, ਪ੍ਰਸ਼ਾਦਾ ਛਕਣਾ ਯਾਨੀ ਕਿ ਪੂਰਾ ਦਾ ਪੂਰਾ ਅਸੀਂ ਪ੍ਰਸ਼ਾਦਾ ਆਪਣੀ ਸੰਤੁਸ਼ਟੀ ਨਾਲ ਛਕ ਲੈਣਾ, ਜਿਹੜਾ ਭੋਗ ਲਾਉਣਾ ਹੈ ਉਹ ਤਾਂ ਹੁੰਦਾ ਥੋੜਾ ਜਿਹਾ ਐਵੇਂ, ਮਤਲਬ ਭੋਗ ਲਾਉਣਾ, ਹਨਾ? ਭੋਗ ਲਾਉਣ ਦਾ ਇੱਕ ਕਰਮਕਾਂਡ ਆ ਤੇ ਪ੍ਰਸ਼ਾਦਾ ਛਕਣਾ ਜਿਹੜਾ ਵਾ ਇੱਕ ਸਰੀਰ ਦੀ ਜ਼ਰੂਰਤ ਵਾ, ਠੀਕ ਹੈ ਨਾ ਜੀ? ਤੇ ਇਹ ਮੈਨੂੰ ਦੱਸਿਓ। ਬਾਕੀ ਗੱਲ ਰਹੀ ਆਪਣਾ ਗੁਰੂ ਸਾਹਿਬਾਨ ਤੋਂ ਬਾਅਦ ਦੀ ਵੀ ਗੱਲ ਆ, ਜਿਸ ਤਰ੍ਹਾਂ ਆਪਣਾ ਸਾਡਾ ਕੇਂਦਰੀ ਸਥਾਨ ਜਿਹੜਾ ਦਰਬਾਰ ਸਾਹਿਬ ਅੰਮ੍ਰਿਤਸਰ ਆ, ਹਾਂਜੀ, ਉਹ ਮਤਲਬ ਪਤਾ ਨਹੀਂ 450 ਸਾਲ ਦੇ ਕਰੀਬ ਹੋ ਗਿਆ ਹੋਣਾ ਬਣਿਆ ਨੂੰ, ਤੇ ਉੱਥੇ ਵੀ ਕਦੀ ਹੁਣ ਤੱਕ ਭੋਗ ਲਾਉਣ ਦੀ ਜਿਹੜੀ ਆ ਪ੍ਰਕਿਰਿਆ ਜਿਹੜੀ ਆ ਉਹ ਨਹੀਂ ਹੋਈ। ਹਾਂਜੀ, ਅੱਜ ਦੀ ਮੌਜੂਦਾ ਗੱਲ ਵੀ ਕਰ ਲਈਏ ਤੇ ਉੱਥੇ ਵੀ ਮਤਲਬ ਅਰਦਾਸ ਦੇ ਵਿੱਚ ਦਰ ਪ੍ਰਵਾਨ ਹੋਏ ਸ਼ਬਦ ਹੀ ਵਰਤਿਆ ਜਾਂਦਾ, ਠੀਕ ਹੈ ਨਾ? ਤੇ ਯਾਨੀ ਕਿ ਕਿਤੇ ਨਹੀਂ ਲੱਭਦਾ ਵੀ ਭੋਗ ਲਾਉਣ ਦਾ ਮਤਲਬ ਸਿਲਸਿਲਾ ਕਿਤੇ, ਜਿਹੜਾ ਜਿਤਵਾ ਤੁਸੀਂ ਕਹਿ ਰਹੇ ਹੋ ਕਿ 400 ਸਾਲ ਤੋਂ ਕਿਤੇ ਚੱਲਿਆ ਹੋਵੇ, ਠੀਕ ਹੈ ਨਾ? ਇਹ ਨਹੀਂ ਲੱਭਦਾ। ਤੇ ਹੁਣ ਗੱਲ ਕਰਦੇ ਆ ਜਿਹੜੀ ਗੱਲ ਤੁਸੀਂ ਕਰਦੇ ਜੇ ਨਾ, ਵੀ ਅਸੀਂ ਤਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝਦੇ ਹਾਂ, ਸਤਿਗੁਰ ਜਾਗਤਾ ਹੈ ਦਿਓ, ਕਿਉਂਕਿ ਅਸੀਂ ਗੁਰੂ ਸਾਹਿਬ ਨੂੰ ਅਸੀਂ ਨਹੀਂ ਹਾਜ਼ਰ ਨਾਜ਼ਰ ਸਮਝਦੇ ਹਾਂ, ਪਰ ਅਸੀਂ ਗੁਰਬਾਣੀ ਦੇ ਮੁਤਾਬਕ ਸਮਝਦੇ ਹਾਂ, ਕਿਉਂਕਿ ਜੋ ਤੁਹਾ ਜੁਗਤ ਸਾਹਿਬ ਸਹਿਕਾਰਾ ਫਿਰ ਪਲਟੀਏ ਵਾਲੀ ਸਿਧਾਂਤ ਨੂੰ ਅਸੀਂ ਮੰਨਦੇ ਹਾਂ ਵੀ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹੋ ਹੀ ਜੁਗਤ ਆ ਗੁਰੂ ਨਾਨਕ ਸਾਹਿਬ ਵਾਲੀ ਤੇ ਉਹੋ ਹੀ ਜੋਤ ਵਾ, ਯਾਨੀ ਆਪਾਂ ਵੀ ਕਹਿ ਦਿੰਦੇ ਹਾਂ ਵੀ ਦਸਾਂ ਪਾਤਸ਼ਾਹੀਆਂ ਦੀ ਜੋਤ, ਉਹੋ ਹੀ ਜੋਤ ਆ ਤੇ ਉਹੀ ਜੁਗਤ ਆ ਜਿਹੜੀ ਗੁਰੂ ਨਾਨਕ ਪਾਤਸ਼ਾਹ ਤੋਂ ਅੱਗੇ 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 ਚੱਲੀ ਆਉਂਦੀ ਆ। ਅਸੀਂ ਤਾਂ ਦਸਾਂ ਪਾਤਸ਼ਾਹੀਆਂ ਦੀ ਜੋਤ ਮੰਨਦੇ ਹਾਂ, ਤੇ ਤੁਸੀਂ ਕਹਿੰਦੇ ਜੇ ਵੀ ਇਹ ਸਰੀਰ ਵਾ, ਹਾਂਜੀ, ਸਤਿਗੁਰ ਜਾਗਤਾ ਹੈ ਦਿਓ, ਤੁਸੀਂ ਉਦਾਹਰਨ ਦਿੱਤੀ ਆ। ਤੇ ਜੇ ਇਹ ਸਰੀਰ ਵਾ, ਮਹਾਰਾਜ ਤੁਸੀਂ ਥੋੜਾ ਜਿਹਾ ਦੇਖੋ ਇਸ ਚੀਜ਼ ਨੂੰ ਵੀ ਜੇ ਇਹ ਸਰੀਰ ਵਾ, ਤੁਸੀਂ ਸਰੀਰ ਮੰਨਦੇ ਜੀ, ਹਨਾ, ਤੇ ਫਿਰ ਤਾਂ ਭੋਗ ਲਾਉਣ ਨਾਲ ਥੋੜੀ ਗੱਲ ਬਣਦੀ ਆ, ਕਿਉਂਕਿ ਦਸੇ ਪਾਤਸ਼ਾਹੀਆਂ ਜਿਹੜੀਆਂ ਵਾ ਉਹ ਪ੍ਰਸ਼ਾਦਾ ਪੂਰਾ ਛਕਦੀਆਂ ਰਹੀਆਂ ਆ, ਹਨਾ? ਮਤਲਬ ਦੋ ਫੁਲਕੇ, ਚਾਰ ਫੁਲਕੇ, ਪੰਜ ਫੁਲਕੇ, ਤੇ ਜੇ ਤੁਸੀਂ ਸਰੀਰ ਮੰਨਦੇ ਜੀ ਤੇ ਫਿਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਪ੍ਰਸ਼ਾਦਾ ਛਕਾਓ ਨਾ, ਫਿਰ ਭੋਗ ਲਾਉਣ ਨਾਲ ਥੋੜੀ ਗੱਲ, ਕਿਉਂਕਿ ਜਿਹੜੀ ਭੋਗ ਲਾਉਣ ਦੀ ਕਿਰਿਆ ਆ ਨਾ ਇਹ ਹਿੰਦੂਇਜ਼ਮ ਦੇ ਵਿੱਚ ਆ, ਹਾਂਜੀ, ਕਿਉਂਕਿ ਹਿੰਦੂ ਵੀਰ ਉਹਨਾਂ ਦੇ ਧਾਰਮਿਕ ਰੀਤੀ ਰਿਵਾਜ ਦੇ ਵਿੱਚ ਮੂਰਤੀਆਂ ਨੂੰ ਭੋਗ ਲਾਇਆ ਜਾਂਦਾ, ਉਹ ਲਗਾਉਣ ਸਾਨੂੰ ਕੋਈ ਇਤਰਾਜ਼ ਨਹੀਂ ਆ, ਪਰ ਅਸੀਂ ਤਾਂ ਭੋਗ ਵਾਲੀ ਗੱਲ ਨਹੀਂ ਆਪਣਾ ਸਿੱਖਇਜ਼ਮ ਚ ਹੈਗੀ, ਸਿੱਖਇਜ਼ਮ ਚ ਤਾਂ ਪ੍ਰਸ਼ਾਦਾ ਛਕਣ ਛਕਾਉਣ ਵਾਲੀ ਗੱਲ ਆ, ਠੀਕ ਹੈ ਨਾ? ਹੁਣ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਵੀ ਆਪਣਾ ਇੱਕ ਗੁਰਸਿੱਖ ਨੂੰ ਜਿਹੜਾ ਪ੍ਰਸ਼ਾਦਾ ਛਕਾ ਦੇਣਾ ਜਿਹੜਾ ਵਾ ਨਾ ਉਹ ਲੱਖਾਂ ਜੱਗਾਂ ਦਾ ਫਲ ਆ ਕਹਿੰਦੇ, ਹਨਾ? ਉਹਦੇ ਵਿੱਚ ਵੀ ਉਹਨੇ ਗੁਰਸਿੱਖਾਂ ਨੂੰ ਸੰਗਤ ਨੂੰ ਪ੍ਰਸ਼ਾਦਾ ਛਕਾਉਣ ਦੀ ਗੱਲ ਕੀਤੀ ਭਾਈ ਸਾਹਿਬ ਨੇ, ਗੁਰੂ ਸਾਹਿਬ ਨੂੰ ਨਹੀਂ, ਗੁਰੂ ਸਾਹਿਬ ਨੂੰ ਭੋਗ ਲਵਾਉਣ ਦੀ ਗੱਲ ਨਹੀਂ ਕੀਤੀ, ਪ੍ਰਸ਼ਾਦਾ ਛਕਾਉਣ ਦੀ ਗੱਲ ਕੀਤੀ ਆ। ਇਸ ਕਰਕੇ ਮਤਲਬ ਤੁਸੀਂ ਇਹ ਦੱਸਿਓ ਵੀ ਇਹ ਤੁਸੀਂ ਕਿੱਥੋਂ ਇਤਿਹਾਸ ਪੜ੍ਹਿਆ, ਠੀਕ ਹੈ ਨਾ? ਉਹ ਕਿਤਾਬਾਂ ਦਾ ਹਵਾਲਾ ਦਿਓ, ਠੀਕ ਹੈ ਵੀ ਜਿਹੜਾ ਭੋਗ ਦੀ ਤੁਸੀਂ ਬਾਰ ਬਾਰ ਗੱਲ ਕਰਨ ਡੇ। ਪਰ ਹੁਣ ਮੈਂ ਤੁਹਾਨੂੰ ਦੱਸਦਾ ਆ ਕਿ ਇਹ ਭੋਗ ਲਾਉਣ ਦੀ ਜਿਹੜੀ ਪ੍ਰਥਾ ਨਾ ਇਹ ਹੁਣ ਅਸਲ ਚ ਚੱਲੀ ਕਿਵੇਂ ਆ। ਇਹ ਸਿੱਖ ਇਤਿਹਾਸ ਨਹੀਂ, ਇਹ ਸੰਪਰਦਾਇ ਇਤਿਹਾਸ ਆ, ਕਿਉਂਕਿ 19ਵੀਂ ਸਦੀ ਦੇ ਅਖੀਰ ਦੇ ਵਿੱਚ ਤੇ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਜਦੋਂ ਅੰਗਰੇਜ਼ਾਂ ਨੂੰ ਇਹ ਮਹਿਸੂਸ ਹੋਇਆ ਕਿ ਸਿੱਖਾਂ ਨੂੰ ਅਸੀਂ ਜਿੱਤ ਨਹੀਂ ਸਕਦੇ, ਹਾਂਜੀ, ਸਿੱਖ ਹਮੇਸ਼ਾ ਸਾਡੇ ਅੱਗੇ ਅੜਦੇ ਨੇ, ਤੇ ਸਿੱਖਾਂ ਨੇ ਵੇਖਿਆ ਕਿ ਸਾਨੂੰ ਤਾਕਤ ਕਿੱਥੋਂ ਮਿਲਦੀ ਆ, ਉਹਨਾਂ ਨੇ ਦੇਖਿਆ ਕਿ ਇਹਨਾਂ ਦੀ ਜਿਹੜੀ ਤਾਕਤ ਆ ਇਹ ਗੁਰੂ ਗ੍ਰੰਥ ਸਾਹਿਬ ਜੀ ਆ, ਹਾਂਜੀ, ਇਹਨਾਂ ਦੀ ਤਾਕਤ ਇਹਨਾਂ ਦੀ ਏਕਤਾ ਆ, ਇਹਨਾਂ ਦੀ ਤਾਕਤ ਇਹਨਾਂ ਦਾ ਵਧੀਆ ਸਿਧਾਂਤ ਆ, ਇਹਨਾਂ ਨੂੰ ਇਹਨਾਂ ਦੀ ਏਕਤਾ ਤੋਂ ਇਹਨਾਂ ਦੀ ਏਕਤਾ ਖਤਮ ਕੀਤੀ ਜਾਵੇ, ਇਹਨਾਂ ਨੂੰ ਇਹਨਾਂ ਦੇ ਆਪਣੇ ਸਿਧਾਂਤ ਤੋਂ ਡੇਗਿਆ ਜਾਵੇ,
ਜੀ ਇਹਨਾਂ ਦੋ ਗੱਲਾਂ ਉਹਨਾਂ ਨੇ ਮੁੱਖ ਰੱਖ ਲਈਆਂ, ਇੱਕ ਤਾਂ ਸਾਡੀ ਏਕਤਾ ਖਤਮ ਕਰਨੀ ਹੈ ਜੀ, ਤੇ ਇੱਕ ਸਾਨੂੰ ਸਾਡੇ ਸਿਧਾਂਤ ਤੋਂ ਡੇਗਣਾ। ਇਹਦੇ ਵਾਸਤੇ ਉਹਨਾਂ ਨੇ ਆਪਣੀ ਮਤਲਬ ਫੌਜ ਦੇ ਵਿੱਚੋਂ, ਆਪਣੀ ਆਰਮੀ ਦੇ ਵਿੱਚੋਂ ਕੁਝ ਸਰਕਾਰੀ ਬੰਦੇ ਜਿਹੜੇ ਆ ਨਾ, ਉਹ ਜਿਹੜੇ ਆ ਭੇਜੇ ਆ, ਮਤਲਬ ਅਖੌਤੀ ਸੰਤ ਸਾਧ ਬਣਾ ਕੇ ਉੱਥੋਂ, ਤੇ ਸਟੋਰੀ ਸਾਰਿਆਂ ਦੇ ਨਾਲ ਇੱਕੋ ਹੀ ਗੰਢ ਦਿੱਤੀ ਵੀ ਫਲਾਨਾ ਸਿੰਘ ਸੀਗਾ ਤੇ ਉਹ ਛੁੱਟੀ ਕੱਟਣ ਗਿਆ, ਤੇ ਉਹ ਜੀ ਉੱਥੇ ਉਹਦੀ ਪਰਮਾਤਮਾ ਨਾਲ ਲਿਵ ਲੱਗ ਗਈ ਤੇ ਉਹ ਛੁੱਟੀ ਬਾਅਦ ਦੇ ਵਿੱਚ ਇੱਥੇ ਹਾਜ਼ਰੀ ਲਵਾਉਣ ਆਇਆ ਹੀ ਨਾ, ਤੇ ਰੱਬ ਉਹਦੀ ਹਾਜ਼ਰੀ ਆਪ ਲਾਉਂਦਾ ਰਿਹਾ, ਯਾਨੀ ਕਿ ਉਹ ਉੱਥੇ ਵੀ ਮੌਜੂਦ ਹੁੰਦਾ ਰਿਹਾ। ਇਹ ਸਾਰਿਆਂ ਬਾਬਿਆਂ ਦੇ ਨਾਲ ਇੱਕੋ ਹੀ ਸਟੋਰੀ ਕੱਢ ਕੇ ਤੇ ਉਹਨਾਂ ਨੇ ਬਾਬੇ ਭੇਜ ਦਿੱਤੇ ਜੀ, ਸਾਡੀ ਏਕਤਾ ਤੇ ਸਾਡੇ ਸਿਧਾਂਤ ਨੂੰ ਖਤਮ ਕਰਨ ਵਾਸਤੇ। ਉਦੋਂ ਫਿਰ ਡੇਰਾਵਾਦ ਦੀ ਸ਼ੁਰੂ ਹੋਈ, ਵੱਖ ਵੱਖ ਡੇਰੇ ਬਣ ਗਏ ਜੀ, ਵੱਖ ਵੱਖ ਮਰਿਆਦਾ ਚੱਲ ਪਈਆਂ ਜੀ, ਤੇ ਸਾਰਿਆਂ ਡੇਰਿਆਂ ਦੇ ਵਿੱਚ ਲਗਭਗ ਭੋਗ ਲਾਉਣ ਦੀ ਜਿਹੜੀ ਹੈਗੇ ਸੀ ਨਾ, ਮਤਲਬ ਪ੍ਰਥਾ ਯਾਨੀ ਕਿ ਹਿੰਦੂ ਰੀਤੀ ਰਿਵਾਜ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਗਏ ਹਾਂਜੀ। ਇਸ ਕਰਕੇ ਉਦੋਂ ਤੋਂ ਜਿਹੜੇ ਆ ਉਹ ਭੋਗ ਸ਼ਬਦ ਜਿਹੜਾ ਵਾ ਨਾ, ਉਹ ਮਤਲਬ ਸੰਪਰਦਾਵਾਂ ਦੇ ਵਿੱਚ, ਡੇਰਿਆਂ ਦੇ ਵਿੱਚ ਜਿਹੜਾ ਵਾ ਉਹ ਸ਼ੁਰੂ ਹੋ ਗਿਆ ਹਾਂਜੀ। ਇਹ ਇਤਿਹਾਸ ਦੇ ਭੋਗ ਦਾ ਅੱਜ ਤੋਂ ਸਾਰਾ ਹੀ ਲਗਭਗ 100-150 ਸਾਲ ਪੁਰਾਣਾ, 400 ਸਾਲ ਪੁਰਾਣਾ ਨਹੀਂ ਜੀ, ਜਿਹੜਾ ਤੁਸੀਂ 400 ਸਾਲ ਪੁਰਾਣਾ ਬਣਾਈ ਜਾਂਦੇ ਜੀ, ਇਹ ਜੇ ਭੋਗ ਲਾਉਣ ਦਾ ਇਤਿਹਾਸ, ਤੇ ਇਹਨੂੰ ਆਪਾਂ ਸਿੱਖ ਇਤਿਹਾਸ ਨਹੀਂ ਕਹਿ ਸਕਦੇ, ਇਹ ਇੱਕ ਸੰਪਰਦਾਇ ਇਤਿਹਾਸ ਹੈ, ਇੱਕ ਡੇਰਾਵਾਦੀਆਂ ਦਾ ਇਤਿਹਾਸ ਹੈ ਜਿਹੜਾ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸੀਗਾ ਹਾਂਜੀ। ਸੋ ਇਸ ਕਰਕੇ ਤੁਸੀਂ ਜਿਹੜਾ ਵਾ ਨਾ, ਇਹ 150 ਸਾਲ ਦਾ ਇਤਿਹਾਸ ਜਿਹੜਾ ਵਾ ਨਾ, ਇਹਦੇ ਚੋਂ ਉਦਾਹਰਣਾਂ ਨਾ ਦਿਓ ਹਾਂਜੀ। ਇਸ ਤੋਂ ਪਹਿਲਾਂ ਦੀ ਕੋਈ ਉਦਾਹਰਨ ਤੁਹਾਡੇ ਕੋਲ ਹੈਗੀ ਆ, ਤੇ ਬਕਾਇਦਾ ਉਹਨਾਂ ਇਤਿਹਾਸਕਾਰਾਂ ਦੇ ਨਾਮ, ਘੱਟੋ ਘੱਟ 4-5 ਇਤਿਹਾਸਕਾਰਾਂ ਦੀਆਂ ਕਿਤਾਬਾਂ ਤੇ ਉਹਨਾਂ ਦੇ ਨਾਂ ਦੱਸੋ ਵੀ ਜਿਹਦੇ ਵਿੱਚ ਦਸੇ ਪਾਤਸ਼ਾਹ ਜਿਹੜੀਆਂ ਵਾ ਨਾ ਉਹ ਭੋਗ ਲਾਉਂਦੀਆਂ ਹੋਣ ਹਾਂਜੀ, ਤੇ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਪ੍ਰਸ਼ਾਦਾ ਜ਼ਰੂਰ ਛਕਦੇ ਰਹੇ ਆ ਮਹਾਰਾਜ, ਠੀਕ ਹੈ ਨਾ। ਤੇ ਨਾਲ ਹੀ ਇਹ ਆ ਵੀ ਜੇ ਤੁਸੀਂ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਦੇਹ ਸਮਝਦੇ ਜੀ ਨਾ, ਦਸਾਂ ਪਾਤਸ਼ਾਹੀਆਂ ਦੀ ਦੇਹ ਸਮਝਦੇ, ਅਸੀਂ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਝਦੇ ਹਾਂ, ਜੇ ਤੁਸੀਂ ਦੇਹ ਸਮਝਦੇ ਜੇ ਨਾ, ਤੇ ਭੋਗ ਲਾਉਣ ਦੇ ਨਾਲ ਮਹਾਰਾਜ ਭੁੱਖ ਨਹੀਂ ਜੇ ਮਿਟਦੀ, ਥੋੜਾ ਜਿਹਾ ਕਿਤਨਾ ਛਕ ਲਿਆ ਉਹਦੇ ਨਾਲ ਥੋੜੀ ਭੁੱਖ ਮਿਟਣੀ ਹੈ ਕੋਈ, ਹਨਾ ਕੋਈ ਆਪਣਾ ਕੜਾਹ ਪ੍ਰਸ਼ਾਦ ਮੰਨ ਲਓ ਕਿ 10 ਗ੍ਰਾਮ ਖਾ ਲਿਆ ਜਾਂ ਹਨਾ, ਤੇ ਗੱਲ ਤੇ ਪ੍ਰਸ਼ਾਦਾ ਛਕਣਾ, ਫਿਰ ਪੂਰਾ ਪ੍ਰਸ਼ਾਦਾ ਛਕਾਓ ਜੀ, ਤੁਸੀਂ ਪ੍ਰਸ਼ਾਦਾ ਛਕਾਓ ਪੂਰਾ, ਠੀਕ ਹੈ ਨਾ, ਗੁਰੂ ਗ੍ਰੰਥ ਸਾਹਿਬ ਨੂੰ, ਠੀਕ ਹੈ ਨਾ। ਇਸ ਕਰਕੇ ਹੁਣ ਜਿਹੜੀ ਤੁਸੀਂ ਰਹੀ ਹੁਣ ਗੱਲ ਗੁਰਬਾਣੀ ਦੀ, ਜਿਹੜੀ ਗੁਰਬਾਣੀ ਦੇ ਤੁਸੀਂ ਸ਼ਬਦ ਵਰਤਦੇ ਜੇ ਨਾ, ਜਿਹੜਾ ਸ਼ਬਦ ਵਰਤਦੇ ਜੇ ਕਰੀ ਪਾਕ ਸਾਲ ਸੋਚ ਪੁੱਤਰਾ ਹੁਣ ਲਾਭ ਭੋਗ ਰਾਏ, ਉਹਦੀ ਜਿਹੜੀ ਉਹਦੇ ਜਿਹੜੇ ਅਰਥ ਬਣਦੇ ਆ ਨਾ, ਉਹ ਮੈਂ ਅਰਥ ਜਿਹੜਾ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗਾ ਕਿ ਆਪਣਾ ਕਿੱਡੇ ਉੱਚੇ ਤੇ ਸੁੱਚੇ ਉਸ ਪੂਰੇ ਸ਼ਬਦ ਦੇ ਅਰਥ ਹਾਂਜੀ। ਰਾਹ ਵਾਲੀ ਪੰਕਤੀ ਤੋਂ ਆਪਾਂ ਸ਼ੁਰੂ ਹੋਵਾਂਗੇ, ਤੇ ਪਰ ਇਹ ਤੁਸੀਂ ਇਤਿਹਾਸ ਦੀ ਗੱਲ ਕੀਤੀ ਸੀ ਨਾ ਕਿ 400 ਸਾਲ ਤੋਂ ਇਹ ਭੋਗ ਪ੍ਰਥਾ ਚੱਲੀ ਆਉਣ ਡਈ ਆ, ਮੈਂ ਤੁਹਾਨੂੰ ਇਤਿਹਾਸ ਦਾ ਹੀ ਚੈਲੰਜ ਕੀਤਾ ਕਿ ਮੈਨੂੰ ਦੱਸਿਓ ਤੁਸੀਂ, ਠੀਕ ਹੈ ਨਾ। ਇਸ ਕਰਕੇ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੀ ਆ ਉਹ ਉਸ ਸ਼ਬਦ ਦੀ, ਜਿਹੜੇ 5ਵੇਂ ਪਾਤਸ਼ਾਹ ਦਾ ਸ਼ਬਦ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।